ਸਤਿ ਸ਼੍ਰੀ ਅਕਾਲ ਜੀ ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਕਹਿੰਦੇ ਆ ਕਿ ਛੋਟੀਆਂ ਛੋਟੀਆਂ ਗੱਲਾਂ ਅਗਰ ਮਨ 'ਚ ਰੱਖੀਆਂ ਜਾਣ ਨਾ ਤਾਂ ਤਕਰੀਬਨ ਰਿਸ਼ਤੇ ਮਜ਼ਬੂਤ ਨਹੀਂ ਸਗੋਂ ਕਮਜ਼ੋਰ ਹੋ ਜਾਂਦੇ ਅਤੇ ਆਪਣਿਆਂ ਦੀਆਂ ਕੁਝ ਗੱਲਾਂ ਭੁਲਾ ਦੇਣੀਆਂ ਚਾਹੀਦੀਆਂ ਨੇ ਕੁਝ ਛੱਡ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਕੁਦਰਤ ਨੇ ਜੋ ਰਿਸ਼ਤੇ ਦਿੱਤੇ ਆ ਨਾ ਇਹ ਇਮਾਨਦਾਰੀ ਨਾਲ ਨਿਭਾਉਣੇ ਚਾਹੀਦੇ ਆਪਣੀ ਮਰਜ਼ੀ ਨਾਲ ਬਣਾਏ ਗਏ ਰਿਸ਼ਤਿਆਂ ਨੂੰ ਤੁਸੀਂ ਭੰਨ ਤੋੜ ਕਰ ਸਕਦੇ ਹੋ ਪਰ ਪਰਮਾਤਮਾ ਵੱਲੋਂ ਦਿੱਤੇ ਗਏ ਰਿਸ਼ਤੇ ਅਸਲ 'ਚ ਸਮਝੋ ਤੁਹਾਡੇ ਸਟਾਰ ਹੀ ਨੇ ਤੁਹਾਡੇ ਗ੍ਰਹਿ ਹੀ ਤਾਂ ਇਹਨਾਂ ਨੂੰ ਹਮੇਸ਼ਾ ਸਹੀ ਰੱਖਣਾ ਚਾਹੀਦਾ ਇਹ ਸੀ ਅੱਜ ਦਾ ਸ਼ੁਭ ਵਿਚਾਰ ਇਸੇ ਸ਼ੁਭ ਵਿਚਾਰ ਨਾਲ ਆਪਾਂ ਕਰਾਂਗੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਜਾਣਾਂਗੇ ਪੰਚਾਂਗ ਪੰਚਾਂਗ ਮੁਤਾਬਕ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਇਸ 'ਤੇ ਚਰਚਾ ਕਰਾਂਗੇ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੂ ਟਿਪ ਵੀ ਦੱਸਾਂਗੇ ਅੱਜ 16 ਜਨਵਰੀ 2024 ਹੋ ਗਈ ਦਿਨ ਹੈ ਮੰਗਲਵਾਰ ਦਾ ਤਿਥੀ ਅੱਜ ਰਹੇਗੀ ਛਠੀ ਤਿਥੀ ਰਾਤ ਨੂੰ 11 ਵਜੇ ਤੱਕ ਛਠੀ ਤਿਥੀ ਰਹੇਗੀ ਜਿੰਨੀ ਪੂਰਾ ਦਿਨ ਚੱਲੇਗੀ ਅਤੇ ਉੱਤਰਾ ਭਾਦਰਾਪਦ ਨਕਸ਼ਤਰ ਚੱਲੇਗਾ ਪ੍ਰਗਿਆ ਯੋਗ ਰਹੇਗਾ ਸਿਤਾਰਿਆਂ ਦੇ ਮੁਤਾਬਕ ਅੱਜ ਦੇ ਦਿਨ ਜੋ ਹੈ ਮੀਨ ਰਾਸ਼ੀ ਵਿੱਚ ਚੰਦਰ ਮਹਾਰਾਜ ਰਹਿਣਗੇ ਚੰਦਰਮਾ ਦਾ ਮੀਨ ਰਾਸ਼ੀ ਵਿੱਚ ਬੈਠਣਾ ਰਾਹੂ ਨਾਲ ਜੁੱਤੀ ਬਣਾਉਣਾ ਕੀ ਪ੍ਰਭਾਵ ਪਾਵੇਗਾ ਇਸ 'ਤੇ ਚਰਚਾ ਕਰਾਂਗੇ ਮੰਗਲ ਅੱਜ ਪੂਰਬ 'ਚ ਉਦੇ ਹੋ ਜਾਣਗੇ ਜੋ ਅਸਤ ਚੱਲ ਰਹੇ ਸੀ ਅਤੇ ਨਾਲ ਗੰਢਮੂਲ ਜੋ ਨੇ ਉਹ ਵੀ ਬਣਨਗੇ ਕੱਲ੍ਹ ਸਵੇਰੇ ਤੜਕੇ ਜਦੋਂ ਬੁੱਧ ਦਾ ਨਕਸ਼ਤਰ ਚੱਲੇਗਾ ਉਸ ਵਿੱਚ ਜਨਮ ਲੈਣ ਵਾਲੇ ਬੱਚੇ ਨੂੰ ਕੱਲ੍ਹ ਸਵੇਰੇ ਤੜਕੇ ਤੋਂ ਜਨਮ ਲੈਣ ਵਾਲੇ ਬੱਚੇ ਨੂੰ ਗੰਢਮੂਲ ਦੀ ਪੂਜਾ ਲੱਗਣ ਵਾਲੀ ਹੈ ਠੀਕ ਹੈ ਰਾਹੂਕਾਲ ਦਾ ਟਾਈਮ ਦੇਖਿਆ ਜਾਵੇ ਤਾਂ ਮੰਗਲਵਾਰ ਵਾਲੇ ਦਿਨ ਰਾਹੂਕਾਲ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਰਹੇ ਇਹ ਸੀ ਜੀ ਸਿਤਾਰਿਆਂ ਦੇ ਮੁਤਾਬਕ ਨਕਸ਼ਤਰ ਅਤੇ ਨਾਲ ਜੋ ਗ੍ਰਹਿਾਂ ਦੀਆਂ ਸਥਿਤੀਆਂ ਨੇ ਉਸ 'ਤੇ ਆਪਾਂ ਦੱਸਿਆ ਤੁਹਾਨੂੰ ਕਿ ਚੰਦਰ ਰਾਹੂ ਦਾ ਯੋਗ ਮੀਨ ਰਾਸ਼ੀ ਵਿੱਚ ਬਣੇਗਾ ਸੂਰਜ ਮਕਰ ਰਾਸ਼ੀ ਵਿੱਚ ਰਹਿਣਗੇ ਸ਼ਨੀ ਕੁੰਭ ਰਾਸ਼ੀ ਵਿੱਚ ਹੀ ਬਣੇ ਰਹਿਣਗੇ ਬੁੱਧ ਮੰਗਲ ਦੀ ਜੁੱਤੀ ਧਨੂ ਰਾਸ਼ੀ ਵਿੱਚ ਬਣੀ ਹੋਈ ਹੈ ਪਰ ਮੰਗਲ ਜੋ ਕਿ ਅਸਤ ਚੱਲ ਰਹੇ ਸੀ ਅੱਜ ਉਦੇ ਹੋ ਜਾਣਗੇ ਪੂਰਬ ਵਿੱਚ ਕੇਤੂ ਦੀ ਰਾਹੂ ਕੇਤੂ ਦੀ ਜੁੱਤੀ ਮੀਨ 'ਤੇ ਕੰਨਿਆ ਰਾਸ਼ੀ ਵਿੱਚ ਬਣੀ ਰਹੇਗੀ ਗੁਰੂ ਮਹਾਰਾਜ ਮੇਸ਼ ਰਾਸ਼ੀ ਵਿੱਚ ਹੀ ਰਹਿਣਗੇ ਠੀਕ ਹੈ ਜੀ ਤਕਰੀਬਨ ਕੋਈ ਗ੍ਰਹਿ ਵੱਖਰੀ ਨਹੀਂ ਹੈ ਰਾਹੂ ਕੇਤੂ ਤਾਂ ਪਹਿਲਾਂ ਤੋਂ ਹੀ ਵੱਖਰੀ ਚੱਲਦੇ ਨੇ ਹਮੇਸ਼ਾ ਵੱਖਰੀ ਰਹਿੰਦੇ ਨੇ ਅਤੇ ਮਾਰਗੀ ਹੁੰਦੇ ਹੀ ਨਹੀਂ ਤਾਂ ਬਾਕੀ ਗ੍ਰਹਿ ਸਾਰੇ ਹੀ ਮਾਰਗੀ ਚੱਲ ਰਹੇ ਨੇ ਠੀਕ ਹੈ ਜੀ ਚਲੋ ਮੁਬਾਰਕਾਂ ਉਹਨਾਂ ਨੂੰ ਜਿਨ੍ਹਾਂ ਦਾ ਅੱਜ ਦੇ ਦਿਨ ਜਨਮ ਦਿਨ ਹੈ ਸ਼ਾਦੀ ਦੀ ਸਾਲਗਿਰਹ ਬਹੁਤ ਹੀ ਸ਼ੁਭ ਜਾਵੇ ਤੁਹਾਡੇ ਲਈ ਇਹ ਸਾਲ ਅਤੇ ਨਾਲ ਉਸਦੇ ਲਈ ਮਿਹਨਤ ਅਤੇ ਹਮੇਸ਼ਾ ਕਰਦੇ ਰਹੋ ਮਾਤਾ ਪਿਤਾ ਦਾ ਆਦਰ ਸਤਿਕਾਰ ਕਰੋ ਅਤੇ ਥੋੜ੍ਹੀ ਕੋਸ਼ਿਸ਼ ਕਰੋ ਕਿ ਆਪਣੇ ਮਨ ਦੇ ਲਈ ਆਪਣੇ ਆਲੇ ਦੁਆਲੇ ਲਈ ਆਪਣੇ ਪਰਿਵਾਰ ਦੇ ਲਈ ਕੀਤੀਆਂ ਜੋ ਤੁਸੀਂ ਕੋਸ਼ਿਸ਼ਾਂ ਕਰ ਰਹੇ ਹੋ ਉਹਨਾਂ ਨੂੰ ਖੁਸ਼ ਰੱਖਣ ਦੇ ਲਈ ਯਤਨ ਕਰ ਰਹੇ ਹੋ ਉਹ ਤਾਂ ਠੀਕ ਹੈ ਆਪਣੇ ਕੰਮ ਕਾਰ 'ਚ ਮਿਹਨਤ ਵੀ ਤੁਸੀਂ ਕਰ ਰਹੇ ਹੋ ਅਤੇ ਨਾਲ ਇਹ ਵੀ ਕਿ ਆਪਣੇ ਆਲੇ ਦੁਆਲੇ ਜੋ ਜ਼ਰੂਰਤਮੰਦ ਹੈ ਜੋ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ ਪਰ ਤੁਹਾਨੂੰ ਪਰਮਾਤਮਾ ਨੇ ਅੱਛੀ ਗੁੰਜਾਇਸ਼ ਦਿੱਤੀ ਹੋਈ ਹੈ ਤਾਂ ਅੱਜ ਤੁਸੀਂ ਕਿਸੇ ਨੂੰ ਰਾਸ਼ਨ ਦੇ ਸਕਦੇ ਹੋ ਯਾਨੀ ਘਰ ਵਿੱਚ ਯੂਜ ਹੋਣ ਵਾਲੇ ਰਾਸ਼ਨ ਜੋ ਹੈ ਜਿੱਦਾਂ ਚੌਲ ਚੀਨੀ ਦੁੱਧ ਘਿਓ ਹੈ ਨਾ ਆਟਾ ਇਹ ਕਿਸੇ ਜ਼ਰੂਰਤਮੰਦ ਨੂੰ ਦੇਣ 'ਤੇ ਦੇਖੋ ਦੁਆਵਾਂ ਜੋ ਨੇ ਹਮੇਸ਼ਾ ਲਓ ਅਤੇ ਜ਼ਰੂਰਤਮੰਦ ਦੀ ਮਦਦ ਕਰਦੇ ਰਹੋ ਔਖੇ ਹੋ ਕੇ ਪਰੇਸ਼ਾਨ ਹੋ ਕੇ ਕਿਸੇ ਦੀ ਮਦਦ ਨਹੀਂ ਕਰਨੀ ਜੇ ਮਨ ਖੁਸ਼ ਦੇ ਨਾਲ ਤੁਸੀਂ ਆਪਣੇ ਜਨਮ ਦਿਨ 'ਤੇ ਦੂਜੇ ਦੀਆਂ ਦੁਆਵਾਂ ਲੈਂਦੇ ਹੋ ਤਾਂ ਸਮਝੋ ਬਹੁਤ ਹੀ ਸ਼ੁਭ ਫਲ ਤੁਹਾਨੂੰ ਮਿਲ ਜਾਏ ਠੀਕ ਹੈ ਜੀ ਅਤੇ ਹੁਣ ਆਪਾਂ ਜਾਣਦੇ ਹਾਂ ਤੁਹਾਡੇ ਸਿਤਾਰੇ ਸਭ ਤੋਂ ਪਹਿਲਾਂ ਜਾਣਾਂਗੇ ਐਰਿਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏਗਾ ਮੇਸ਼ ਰਾਸ਼ੀ ਵਾਲਿਆਂ ਦੇ ਲਈ ਗੁਰੂ ਲਗਨ ਵਿੱਚ ਹੈ ਅਤੇ ਚੰਦਰ ਰਾਹੂ ਦਾ ਗ੍ਰਹਿਣ ਯੋਗ ਬਣਿਆ ਜੋ ਕਿ 12ਵੇਂ ਸਥਾਨ ਵਿੱਚ ਕੰਮਕਾਰ ਦੀ ਸਥਿਤੀ ਠੀਕ ਠਾਕ ਜਿਹੀ ਰਹੇਗੀ ਬਹੁਤ ਅੱਛੀ ਨਹੀਂ ਥੋੜ੍ਹੀ ਮਾਨਸਿਕ ਕਲਪਾਹਟ ਤੁਹਾਡੀ ਵਧਣ ਵਾਲੀ ਹੈ ਅਤੇ ਇਸ ਦੇ ਲਈ ਤੁਸੀਂ ਥੋੜ੍ਹੀ ਮੈਡੀਟੇਸ਼ਨ ਕਰੋ ਆਪਣੇ ਅੰਦਰ ਸਕਾਰਾਤਮਕ ਸੋਚ ਰੱਖੋ ਸੈਰ ਕਰੋ ਅਤੇ ਜ਼ਿਆਦਾ ਇਨਵੈਸਟਮੈਂਟ
ਕੰਮਕਾਰ ਵਿੱਚ ਕੀਤੀ ਤੇ ਉਸਦਾ ਰਿਜ਼ਲਟ ਸ਼ੁਭ ਨਹੀਂ ਆਇਆ, ਇਹ ਤੁਹਾਡੀਆਂ ਪਰੇਸ਼ਾਨੀਆਂ ਵਧਾ ਸਕਦਾ। ਤਾਂ ਥੋੜ੍ਹੀ ਇਨਵੈਸਟਮੈਂਟ ਕਰਨੀ, ਰਸੋਈ 'ਚ ਬੈਠ ਕੇ ਖਾਣਾ ਖਾਣਾ, ਘਰ ਤੋਂ ਨਿਕਲਦੇ ਸਮੇਂ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰਨਾ, ਤਾਂ ਸਮਝੋ ਕਿ ਤੁਹਾਨੂੰ ਉਸਦੇ ਰਿਜ਼ਲਟ ਆਪਣੇ ਆਪ ਦਿਖਣੇ ਸ਼ੁਰੂ ਹੋ ਜਾਣਗੇ। ਅੱਜ ਦੇ ਦਿਨ ਬਲੈਕ ਕਲਰ ਨਾ ਪਹਿਨੋ, ਪੀਚ ਕਲਰ ਤੁਹਾਡਾ ਲੱਕੀ ਰਹੇਗਾ, ਬਾਵਾ ਰੰਗ ਅੱਜ ਪਹਿਨ ਸਕਦੇ। ਟੌਰਸ ਯਾਨੀ ਬ੍ਰਿਕ ਰਾਸ਼ੀ ਵਾਲੇ, ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਜੋ ਸ਼ੁੱਕਰ ਦੀ ਸਥਿਤੀ ਹੈ ਠੀਕ ਹੈ ਸੱਤਵੇਂ ਸਥਾਨ ਵਿੱਚ, ਤੇ ਨਾਲ ਜੋ ਚੰਦਰ ਰਾਹੂ ਦਾ ਯੋਗ ਬਣਿਆ ਇਨਕਮ ਸਥਾਨ ਵਿੱਚ, ਇਨਕਮ ਜ਼ਿਆਦਾ ਨਹੀਂ ਆ ਰਹੀ ਹੈ, ਚਰਚਾ ਅੱਜ ਤੁਹਾਡੇ ਦਿਮਾਗ 'ਤੇ ਹਾਵੀ ਰਹੇਗੀ। ਦੂਜਿਆਂ ਦੇ ਨਾਲ ਤੁਸੀਂ ਇਸ ਬਾਰੇ ਚਰਚਾ ਵੀ ਕਰੋਗੇ। ਕੰਮਕਾਰ ਵਧਾਉਣ ਲਈ ਨਵੀਆਂ ਤਕਨੀਕਾਂ ਜੋ ਤੁਸੀਂ ਵਰਤ ਸਕਦੇ ਹੋ ਜਾਂ ਵਰਤਣ ਦੇ ਲਈ ਤੁਹਾਡਾ ਦੋਸਤ ਮਿੱਤਰ ਤੁਹਾਨੂੰ ਕੋਈ ਸਲਾਹ ਦੇ ਸਕਦਾ, ਨਵੀਂ ਐਡਵਾਈਸ, ਨਵੇਂ ਤਰੀਕੇ ਤੁਹਾਡੇ ਚੰਗੇ ਕੰਮ ਆ ਸਕਦੇ। ਮਾਂ ਦੇ ਪੈਰੀ ਹੱਥ ਲਾ ਕੇ ਘਰ ਤੋਂ ਨਿਕਲੋ ਅਤੇ ਚਾਂਦੀ ਆਪਣੇ ਕੋਲ ਰੱਖੋ। ਰਾਤ ਨੂੰ ਦੁੱਧ ਦਾ ਸੇਵਨ ਨਾ ਕਰੋ, ਦਿਨ ਅੱਛਾ ਜਾਏਗਾ, ਕਰੀਮ ਰੰਗ ਪਹਿਨੋ। ਜੈਮਿਨੀ ਯਾਨੀ ਮਿਥੁਨ ਰਾਸ਼ੀ ਵਾਲੇ, ਮਿਥੁਨ ਰਾਸ਼ੀ ਵਾਲਿਆਂ ਦੇ ਲਈ ਆਲੇ ਦੁਆਲੇ ਸਰਕਲ, ਆਲੇ ਦੁਆਲੇ ਚੰਦਰ ਰਾਹੂ ਦਾ ਹੁਣ ਗ੍ਰਹਿਣ ਯੋਗ ਹੈ। ਦੇਖੋ ਮਨ, ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਪੂਰੀ ਤਰ੍ਹਾਂ ਨਾਲ ਪੂਰਾ ਦਿਨ ਮਨ ਖੁਸ਼ ਰਹੇਗਾ, ਤਾਂ ਕੁਛ ਨਾ ਕੁਛ ਸਥਿਤੀਆਂ ਇੱਦਾਂ ਦੀਆਂ ਕਈ ਵਾਰੀ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਸਾਨੂੰ ਹੱਲ ਨਹੀਂ ਮਿਲਦਾ, ਮਤਲਬ ਮਨ ਥੋੜ੍ਹਾ ਵੀਕ ਜਾਂ ਪਰੇਸ਼ਾਨ ਹੋ ਜਾਂਦਾ ਹੈ। ਦਿਨ ਲੰਘ ਜਾਏਗਾ, ਸ਼ਾਮ ਨੂੰ ਥੋੜ੍ਹੀ ਜਿਹੀ ਪਰੇਸ਼ਾਨੀ ਵੱਧ ਜਾਏਗੀ ਕਿ ਇੱਦਾਂ ਹੀ ਭੱਜ ਨੱਠ ਕੀਤੀ, ਇੱਦਾਂ ਹੀ ਕਰਦੇ ਰਹੇ। ਥੋੜ੍ਹਾ ਸ਼ੇਅਰ ਮਾਰਕੀਟ ਵਿੱਚ ਪੈਸਾ ਜੋ ਤੁਸੀਂ ਇਨਵੈਸਟ ਕਰਨਾ ਹੈ ਥੋੜ੍ਹੀਆਂ ਛੋਟਾ ਕੀਤਾ ਜਾਵੇ, ਜਾਣੀ ਛੋਟੀਆਂ ਕਿਸ਼ਤਾਂ 'ਚ ਕੀਤਾ ਜਾਵੇ ਤਾਂ ਚੰਗਾ ਹੈ, ਵੱਡੀ ਇਨਵੈਸਟਮੈਂਟ ਨੁਕਸਾਨ ਦੇ ਸਕਦੀ ਹੈ। ਚੰਦਰ ਰਾਹੂ ਦਾ ਗ੍ਰਹਿਣ ਯੋਗ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਅੱਜ ਜ਼ਿਆਦਾ ਪੈਸਾ ਕਿਸੇ ਜਗ੍ਹਾ 'ਤੇ ਨਾ ਲਗਾਓ। ਅਗਲੀ ਰਾਸ਼ੀ ਕੈਂਸਰ ਯਾਨੀ ਕਰਕ ਰਾਸ਼ੀ ਵਾਲੀ, ਕਿਸਮਤ ਸਥਾਨ ਵਿੱਚ ਚੰਦਰ ਰਾਹੂ ਵਿਰਾਜਮਾਨ। ਰਾਹੂ ਪਹਿਲਾਂ ਤੋਂ ਅੱਜ ਤੁਹਾਡੇ ਲਗਨ ਦਾ ਮਾਲਕ ਉਸ ਨਾਲ ਜਾ ਕੇ ਬੈਠ ਗਿਆ, ਬਦਨਾਮੀ ਤੋਂ ਬਚੋ। ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ ਉਸ 'ਤੇ ਦੂਰੀ ਹੀ ਬਣਾ ਕੇ ਰੱਖਣੀ ਚਾਹੀਦੀ ਹੈ, ਕੋਈ ਪੁਲਿਸ ਚੱਕਰ ਪੈ ਸਕਦਾ, ਕੋਈ ਪਰੇਸ਼ਾਨੀ ਤੁਹਾਡੀ ਵੱਧ ਸਕਦੀ ਹੈ, ਲੱਗੇਗਾ ਕਿ ਮੇਰੀ ਕਿਸਮਤ ਹੀ ਖਰਾਬ ਹੈ। ਕਿਸਮਤ ਖਰਾਬ ਨਹੀਂ ਹੁੰਦੀ, ਵਕਤ 'ਤੇ ਜੋ ਸਥਿਤੀਆਂ ਨੇ ਉਹ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਅਤੇ ਅਸੀਂ ਕਈ ਵਾਰੀ ਆਪਣੇ ਆਪ ਨੂੰ ਬੇਬਸ ਮਹਿਸੂਸ ਕਰਦੇ ਹਾਂ। ਬਸ ਇੱਦਾਂ ਦਾ ਜੋ ਕਰਕ ਰਾਸ਼ੀ ਵਾਲਿਆਂ ਨੂੰ ਥੋੜ੍ਹਾ ਆਪਣੇ ਮਨ 'ਤੇ ਕੰਟਰੋਲ ਰੱਖ ਕੇ ਚੱਲਣਾ ਚਾਹੀਦਾ। ਧਾਰਮਿਕ ਸਥਾਨ 'ਤੇ ਜਾਓ, ਥੋੜ੍ਹੀ ਦੇਰ ਬੈਠੋ, ਆਪਣੇ ਇਸ ਨੂੰ ਪੀਲੇ ਫੁੱਲ ਚੜ੍ਹਾਓ, ਸੋਚ ਅੱਛੀ ਰਹੇਗੀ ਅਤੇ ਮਨੋਬਲ ਵਧੇਗਾ। ਅਗਲੀ ਰਾਸ਼ੀ ਲੀਓ ਯਾਨੀ ਸਿੰਘ ਰਾਸ਼ੀ। ਇੱਕ ਤੇ ਚੰਦਰ ਰਾਹੂ ਦਾ ਗ੍ਰਹਿਣ ਯੋਗ ਤੇ ਦੂਜਾ ਉਹ ਵੀ 8ਵੇਂ ਸਥਾਨ ਵਿੱਚ, ਤੇ ਹੈ ਕੀ ਹੈ 12ਵੇਂ ਖਾਨੇ ਦਾ ਮਾਲਕ। ਕਹਿੰਦੇ ਆ ਕਿ 6ਵੇਂ 8ਵੇਂ 12ਵੇਂ ਖਾਨੇ ਦਾ ਮਾਲਕ 6ਵੇਂ 8ਵੇਂ 12ਵੇਂ ਬੈਠੇ ਤਾਂ ਆ ਸ਼ੁਭ ਫਲ ਨਹੀਂ ਦਿੰਦਾ, ਪਰ ਫਿਰ ਵੀ ਪੇਟ ਦੀ ਦੰਦਾਂ ਦੀ ਪ੍ਰੋਬਲਮ ਤੁਹਾਨੂੰ ਆ ਸਕਦੀ ਹੈ। ਦੰਦਾਂ 'ਚ ਦਰਦ ਰਹਿਣਾ, ਹੋਸਪਿਟਲ ਦੇ ਚੱਕਰ ਲੱਗਣਾ, ਪੇਟ 'ਚ ਇਨਫੈਕਸ਼ਨ ਹੋਣਾ, ਇਹ ਪਰੇਸ਼ਾਨੀ ਤੁਹਾਨੂੰ 1-2 ਦਿਨ ਤੰਗ ਕਰਨ ਵਾਲੀ। ਕੇਤੂ ਦਾ ਨਕਸ਼ੱਤਰ ਵੀ ਮਿੱਤਰ ਨਹੀਂ ਹੈ, ਤਾਂ ਇਸ ਕਰਕੇ ਮਾਤਾ ਨਾਲ ਅੱਜ ਬੈਸਬਾਜ਼ੀ ਬਿਲਕੁਲ ਨਹੀਂ। ਮਾਤਾ ਪਿਤਾ ਨੇ ਤੁਹਾਡੇ, ਉਹਨਾਂ ਨੂੰ ਤਾਂ ਤੁਸੀਂ ਸਿਖਾ ਹੀ ਨਹੀਂ ਸਕਦੇ, ਹੈ ਨਾ। ਠੀਕ ਹੈ ਕਿ ਤੁਹਾਡੀ ਨੌਲੇਜ ਅੱਛੀ ਹੈ, ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ, ਸੂਰਜ ਤੁਹਾਡਾ ਅੱਛਾ ਹੈ, ਅੱਛੀ ਸਥਿਤੀ ਵਿੱਚ ਹੈ, ਨਕਸ਼ੱਤਰ ਮਿੱਤਰ ਨਾ ਹੋਣ ਕਰਕੇ ਕਾਲੇਪਣ ਵਿੱਚ ਬੋਲੇ ਗਏ ਤੁਹਾਡੇ ਸ਼ਬਦ ਦੂਜੇ ਨੂੰ ਚੁੱਭ ਸਕਦੇ ਆ। ਤਾਂ ਬਾਣੀ 'ਚ ਮਿਠਾਸ ਰੱਖ ਕੇ ਚੱਲੋ, ਹਲਕਾ ਮਿਊਜ਼ਿਕ ਸੁਣੋ ਅਤੇ ਹਰੀਆਂ ਸਬਜ਼ੀਆਂ ਧਾਰਮਿਕ ਸਥਾਨ 'ਤੇ ਲੰਗਰ ਵਿੱਚ ਦਿਓ ਜਾਂ ਕਿਸੇ ਜ਼ਰੂਰਤਮੰਦ ਨੂੰ ਦਿਓ, ਦਿਨ ਬੈਸਟ ਜਾਏਗਾ। ਅਗਲੀ ਰਾਸ਼ੀ ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਫਿਰੋਜ਼ੀ ਕਰਲ ਅੱਜ ਲੱਗੀ ਰਹਿਣ ਵਾਲਾ ਹੈ। ਕਾਫੀ ਇਮੋਸ਼ਨਲ ਰਹੋਗੇ ਤੁਸੀਂ ਆਪਣੇ ਰਿਸ਼ਤਿਆਂ ਨੂੰ ਲੈ ਕੇ, ਪ੍ਰੇਮ ਸੰਬੰਧਾਂ ਨੂੰ ਲੈ ਕੇ, ਅਤੇ ਨਾਲ ਕਰਜ਼ੇ ਨੂੰ ਲੈ ਕੇ ਵੀ ਥੋੜ੍ਹੀ ਰਹੇਗਾ ਕਿ ਕਿਸ਼ਤਾਂ ਉੱਤਰ ਹੀ ਨਹੀਂ ਰਹੀਆਂ, ਉੱਤਰ ਜਾਏਗਾ ਕਰਜ਼ਾ। ਸ਼ਨੀ ਦੀ ਸਥਿਤੀ ਹੈ ਅੱਛੀ ਹੈ ਤੁਹਾਡੇ ਜਨਮ ਪੱਤਰੀ 'ਚ, ਸ਼ਨੀ ਤੁਹਾਡਾ ਮਿੱਤਰ ਹੀ ਹੈ, ਚੰਦਰ ਰਾਹੂ ਦਾ ਗ੍ਰਹਿਣ ਯੋਗ 7ਵੇਂ ਸਥਾਨ ਵਿੱਚ ਹੈ। ਥੋੜ੍ਹਾ ਨਜ਼ਰਾਂ ਤੋਂ ਬਚੋ, ਥੋੜ੍ਹਾ ਆਪਣੇ ਭੇਤ ਆਪਣੇ ਕੰਮਾਂ ਕਾਰਾਂ ਦਾ ਦਿਖਾਵਾ ਜ਼ਿਆਦਾ ਨਾ ਕਰੋ ਤਾਂ ਚੰਗਾ ਹੈ, ਤਾਂ ਹੀ ਚੰਗੇ ਨਤੀਜੇ ਤੁਹਾਨੂੰ ਮਿਲ ਸਕਦੇ ਆ। ਪੜ੍ਹਨ ਵਾਲੇ ਬੱਚਿਆਂ ਦੇ ਲਈ ਦਿਨ ਅੱਛਾ ਜਾਵੇ, ਉਸਦੇ ਲਈ ਸਵੇਰ ਤੋਂ ਹੀ ਮੱਥੇ 'ਤੇ
ਕੇਸਰ ਲਗਾ ਲਓ। ਅਗਲੀ ਰਾਸ਼ੀ ਲਿਬਰਾ ਜਾਣੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਇੱਕ ਭੈ ਜਿਹਾ ਮਨ ਵਿੱਚ ਡਰ ਜਿਹਾ ਬਣਿਆ ਕਿ ਅਜੀਬ ਜੇ ਕਿਸੇ ਰੋਗ ਨੂੰ ਲੈ ਕੇ ਕਿਸੇ ਕੋਲੋਂ ਗੱਲਾਂ ਸੁਣੀਆਂ ਤੇ ਉਹ ਮਨ ਵਿੱਚ ਕਰ ਗਈਆਂ ਕਿ ਇਹ ਰੋਗ ਬਿਮਾਰੀ ਕਿਤੇ ਸਾਨੂੰ ਹੀ ਨਾ ਲੱਗ ਜਾਵੇ। ਇੱਦਾਂ ਦੀ ਥੋੜ੍ਹੀ ਮਾਨਸਿਕ ਪਰੇਸ਼ਾਨੀ ਤੁਹਾਡੀ ਖੜੀ ਹੋ ਸਕਦੀ ਹੈ ਚੰਦਰ ਰਾਹੂ ਗ੍ਰਹਿਣ ਯੋਗ ਕਰਕੇ। ਗੁਰੂ ਦਾ ਸੱਤਵੇਂ ਸਥਾਨ ਵਿੱਚ ਬੈਠਣਾ ਸ਼ੁਭ ਫਲ ਉਦੋਂ ਹੀ ਦਿੰਦਾ ਹੈ ਜਦੋਂ ਤੁਸੀਂ ਆਪਣੀ ਸੋਚ ਮੁਤਾਬਕ ਵਿਸ਼ਾਲ ਸੋਚ ਰੱਖ ਕੇ ਵਿਸ਼ਾਲ ਡਿਸੀਜ਼ਨ ਜ਼ਿੰਦਗੀ 'ਚ ਲੈਂਦੇ। ਆਪਣੇ ਬਜ਼ੁਰਗਾਂ ਦਾ ਸਲਾਹ ਲੈ ਕੇ ਘਰ ਤੋਂ ਜਾਓ। ਵਿਆਹ ਸ਼ਾਦੀ ਦੀ ਉਮਰ ਹੈ ਤੁਹਾਡੀ ਤਾਂ ਰਿਸ਼ਤਾ ਹੋ ਸਕਦਾ ਹੈ, ਠੀਕ ਹੈ ਕਿ ਡਿਸੀਜ਼ਨ ਲੈਣ ਵਿੱਚ ਥੋੜ੍ਹੇ ਕਨਫਿਊਜ਼ ਰਹੋਗੇ ਤਾਂ ਚੰਗਾ ਇੱਕ ਦੋ ਦਿਨ ਉਸ ਵਿੱਚ ਪਾ ਲਓ ਕਿ ਕੋਈ ਨਹੀਂ ਦੱਸਦੇ ਹਾਂ। ਤਾਂ ਜਦੋਂ ਚੰਦਰ ਰਾਹੂ ਦਾ ਗ੍ਰਹਿਣ ਯੋਗ ਗਜ ਕੇਸਰੀ ਯੋਗ ਵਿੱਚ ਬਦਲੇਗਾ ਸੱਤਵੇਂ ਸਥਾਨ ਵਿੱਚ ਤਾਂ ਰਿਸ਼ਤਾ ਹੋ ਜਾਏਗਾ, ਠੀਕ। ਅੱਜ ਦੇ ਦਿਨ ਤੁਲਾ ਲਗਨ ਅਤੇ ਤੁਲਾ ਰਾਸ਼ੀ ਵਾਲਿਆਂ ਨੇ ਕੋਸ਼ਿਸ਼ ਕਰਨੀ ਹੈ ਹਲਕਾ ਜਿਹਾ ਸਕਾਈ ਬਲੂ ਕਲਰ ਅਸਮਾਨੀ ਰੰਗ ਤੁਸੀਂ ਪਹਿਨ ਸਕਦੇ ਹੋ। ਸਕੋਰਪੀਓ ਵ੍ਰਿਸ਼ਚਿਕ ਰਾਸ਼ੀ ਵਾਲੇ ਆਪਣੇ ਜੋ ਵੀ ਤੁਸੀਂ ਸ਼ਬਦ ਬੋਲਦੇ ਹੋ ਉਹ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਭੈਣ ਭਾਈ ਨਾਲ ਇਸਦੀ ਬਹਿਸਬਾਜ਼ੀ ਨਾਲ ਤੁਹਾਡੇ ਸੰਬੰਧ ਵਿਗੜ ਸਕਦੇ ਆ ਤਾਂ ਥੋੜ੍ਹਾ ਜਿਹਾ ਸ਼ਬਦਾਂ 'ਤੇ ਕੰਟਰੋਲ ਰੱਖੋ। ਖਾਸ ਤੌਰ 'ਤੇ ਪਿਤਾ ਨਾਲ ਅੱਜ ਬਹਿਸਬਾਜ਼ੀ ਨਾ ਕਰੋ। ਸੂਰਜ ਸ਼ੁਭ ਤਾਂ ਹੀ ਜਾਏਗਾ ਜੋ ਤੁਹਾਡੀ ਹਿੰਮਤ ਸਥਾਨ ਵਿੱਚ ਬੈਠਣਾ। ਚੰਦਰ ਰਾਹੂ ਦਾ ਗ੍ਰਹਿਣ ਯੋਗ ਲੱਗਿਆ ਪੰਜਵੇਂ ਸਥਾਨ ਵਿੱਚ, ਪੰਜਵਾਂ ਸਥਾਨ 'ਚੋਂ ਪੇਟ ਦਾ ਹੈ ਤੁਹਾਡੀ ਸੋਚ ਦਾ ਹੈ ਤਾਂ ਵਾਧੂ ਚੀਜ਼ਾਂ ਜੋ ਤੁਹਾਨੂੰ ਲੱਗਦਾ ਹੈ ਕਿ ਨਹੀਂ ਖਾਣੀਆਂ ਚਾਹੀਦੀਆਂ ਤੁਹਾਡੇ ਲਈ ਤਾਂ ਉਹਨਾਂ ਦਾ ਸੇਵਨ ਕਰਨਾ ਬਿਲਕੁਲ ਬੰਦ ਕਰੋ। ਪੇਟ ਦੀ ਪ੍ਰੋਬਲਮ ਤੁਹਾਨੂੰ ਤੰਗ ਕਰ ਸਕਦੀ ਹੈ, ਥੋੜ੍ਹੀ ਮੋਟਾਪੇ ਨੂੰ ਲੈ ਕੇ ਪਰੇਸ਼ਾਨੀ, ਵੇਟ ਵਧਣ ਕਰਕੇ ਪਰੇਸ਼ਾਨੀ ਹੋ ਰਹੀ ਹੈ ਤਾਂ ਸੈਰ ਕਰੋ ਤਾਂ ਹੀ ਬੁੱਧ ਸ਼ੁਭ ਫਲ ਦੇ ਸਕਦਾ ਹੈ ਜੋ ਤੁਹਾਡੇ ਧਨ ਸਥਾਨ ਵਿੱਚ ਵਿਰਾਜਮਾਨ ਹੈ। ਸਵੇਰ ਤੋਂ ਜੀਭ 'ਤੇ ਸ਼ਹਿਦ ਲਾਓ। ਚੰਦਰ ਮੰਗਲ ਦਾ, ਚੰਦਰ ਰਾਹੂ ਦਾ ਜੋ ਯੋਗ ਹੈ ਉਹ ਚੰਦਰ ਮੰਗਲ ਦੇ ਅਨੁਸਾਰ ਸ਼ੁਭ ਹੋ ਜਾਏਗਾ। ਅਗਲੀ ਰਾਸ਼ੀ ਸੈਜੀਟੇਰੀਅਸ ਧਨੁ ਰਾਸ਼ੀ ਵਾਲੀ, ਗੁੱਸਾ ਸਿਹਤ ਲਈ ਹਾਨੀਕਾਰਕ ਹੈ, ਬੀਪੀ ਵਗੈਰਾ ਤੁਹਾਡਾ ਵੱਧ ਸਕਦਾ, ਆਪਣੀ ਮੈਡੀਸਨ ਵਗੈਰਾ ਧਿਆਨ ਨਾਲ ਲੈਂਦੇ ਰਹੋ। ਚੌਥੇ ਸਥਾਨ ਵਿੱਚ ਚੰਦਰ ਰਾਹੂ ਦਾ ਯੋਗ ਬਣਿਆ ਅਤੇ ਇੱਕ ਦੋ ਐਂਟੀ ਗ੍ਰਹਿ ਮੰਗਲ ਅਤੇ ਬੁੱਧ। ਮੰਗਲ ਭਾਵੇਂ ਤੁਹਾਡਾ ਮਿੱਤਰ ਹੈ ਪਰ ਨਾਲ ਬਾਰਵੇਂ ਖਾਨੇ ਦਾ ਮਾਲਕ ਵੀ ਹੈ ਜੋ ਕਿ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਦਵਾ ਰਿਹਾ ਹੈ ਜਿਸ ਨਾਲ ਤੁਹਾਨੂੰ ਲੰਘ ਵੀ ਰਿਹਾ ਹੈ ਅਤੇ ਥੋੜ੍ਹੇ ਕੰਮ ਤੁਹਾਡੇ ਖਰਾਬ ਹੋ ਰਹੇ ਆ। ਮਾਤਾ ਦੀ ਸਿਹਤ ਵੀ ਥੋੜ੍ਹੀ ਖਰਾਬ ਹੋ ਸਕਦੀ ਹੈ, ਘਰ 'ਚ ਥੋੜ੍ਹੇ ਅਲੱਗ ਹੋਣ ਵਾਲੇ ਹਾਲਾਤ ਪੈਦਾ ਹੋ ਸਕਦੇ ਆ, ਸੁੱਖਾਂ ਨੂੰ ਲੈ ਕੇ ਥੋੜ੍ਹੀ ਪਰੇਸ਼ਾਨੀ ਵੱਧ ਸਕਦੀ ਹੈ ਅਤੇ ਇਸ ਨੂੰ ਤੁਸੀਂ ਸਹੀ ਕਿੱਦਾਂ ਕਰ ਸਕਦੇ ਹੋ। ਚੌਲ ਅਤੇ ਦੁੱਧ ਜਲ ਪ੍ਰਵਾਹ ਕਰੋ, ਹਲਕੇ ਰੰਗ ਪਹਿਨੋ, ਜੀਭ 'ਤੇ ਸਵੇਰ ਤੋਂ ਹੀ ਕੇਸਰ ਚੰਦਰ ਲਗਾਓ ਅਤੇ ਪਾਣੀ 'ਚ ਹਲਦੀ ਪਾ ਕੇ ਇਸ਼ਨਾਨ ਕਰੋ। ਗ੍ਰਹਿਆਂ ਦੀ ਪੋਜ਼ਿਟਿਵ ਐਨਰਜੀ, ਸਕਾਰਾਤਮਕ ਜੋ ਐਨਰਜੀ ਹੈ ਉਹ ਤੁਹਾਨੂੰ ਮਿਲ ਜਾਏਗੀ। ਅਗਲੀ ਰਾਸ਼ੀ ਕੈਪਰੀਕੋਨ ਮਕਰ ਰਾਸ਼ੀ ਵਾਲੀ, ਮਕਰ ਰਾਸ਼ੀ ਵਾਲਿਆਂ ਦੇ ਲਈ ਮਹਿੰਦੀ ਕਲਰ ਅੱਜ ਲੱਕੀ ਰਹੇਗਾ। ਮੱਥੇ 'ਤੇ ਸਵੇਰ ਤੋਂ ਦੁੱਧ ਲਾਓ। ਯਾਤਰਾ ਦੌਰਾਨ ਆਪਣਾ ਧਿਆਨ ਰੱਖੋ ਅਤੇ ਨਾਲ ਆਪਣੇ ਵਾਹਨ ਦਾ ਵੀ ਧਿਆਨ ਰੱਖੋ। ਵਾਹਨ ਖਰਾਬ ਹੋਣ ਦੀ ਵਜ੍ਹਾ ਕਰਕੇ ਥੋੜ੍ਹੀ ਖੱਜਲ ਖਵਾਰੀ ਤੁਹਾਡੀ ਵੱਧ ਸਕਦੀ ਹੈ। ਜੀਵਨ ਸਾਥੀ ਦੀ ਸਲਾਹ ਨਾਲ ਚੱਲਣਾ ਅੱਜ ਦੇ ਦਿਨ ਸ਼ੁਭ ਫਲ ਹੀ ਦੇਵੇਗਾ। ਅਗਲੀ ਰਾਸ਼ੀ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਅੱਜ ਆਫ ਵਾਈਟ, ਵਾਈਟ ਕਲਰ ਜਾਂ ਡਾਰਕ ਹਰਾ ਰੰਗ ਤੁਸੀਂ ਪਹਿਨ ਸਕਦੇ ਹੋ ਅਤੇ ਮੂੰਗੀਆ ਕਲਰ ਤੁਹਾਡੇ ਲਈ ਵੈਸੇ ਅੱਜ ਲੱਕੀ ਰਹੇਗਾ। ਗ੍ਰਹਿਆਂ ਦੇ ਹਿਸਾਬ ਦੇ ਨਾਲ ਚੰਦਰ ਰਾਹੂ ਦਾ ਯੋਗ ਬਣਿਆ ਧਨ ਸਥਾਨ ਵਿੱਚ। ਪੈਸਾ ਆਇਆ ਵੀ ਅਤੇ ਪੈਸਾ ਗਿਆ ਵੀ, ਕਹਿ ਸਕਦੇ ਹਨੇਰੀਆਂ ਵਾਂਗੂ ਆਇਆ ਅਤੇ ਤੂਫਾਨ ਵਾਂਗੂ ਚਲਾ ਗਿਆ, ਯਾਨੀ ਇਨਕਮ ਖਰਚੇ ਤੁਹਾਡੇ ਬਰਾਬਰ ਰਹਿਣ ਵਾਲੇ ਆ, ਕਲੋਜ਼ਲੀ ਰਿਸ਼ਤੇ ਥੋੜ੍ਹੇ ਖਰਾਬ ਹੋਣ ਵਾਲੇ ਆ ਤਾਂ ਉਹਨਾਂ ਨੂੰ ਬਚਾਉਣ ਦੇ ਲਈ ਤੁਹਾਨੂੰ ਯਤਨ ਕਰਨਾ ਹੀ ਚਾਹੀਦਾ ਹੈ। ਅੱਜ ਮੰਦਰ ਜਾਣਾ, ਤਿੰਨ ਕੇਲੇ ਰੱਖਣਾ, ਮੱਥੇ 'ਤੇ ਦੁੱਧ ਲਾਉਣਾ ਅਤੇ ਨਾਲ ਸ਼ਨੀ ਲਗਨ ਵਿੱਚ ਹੈ ਤਾਂ ਉਸਦੇ ਲਈ ਇੱਕ ਨਾਰੀਅਲ ਵੀ ਧਾਰਮਿਕ ਸਥਾਨ 'ਤੇ ਤੁਸੀਂ ਚੜ੍ਹਾ ਸਕਦੇ। ਪਾਈਸਿਸ ਯਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਦੇਖਿਆ ਜਾਵੇ ਤਾਂ ਜਾਮਨੀ ਰੰਗ ਤੁਹਾਡਾ ਲੱਕੀ ਰਹੇਗਾ। ਸਿਤਾਰਿਆਂ ਦੇ ਹਿਸਾਬ ਨਾਲ ਥੋੜ੍ਹੀ ਸਿਹਤ ਢਿੱਲੀ ਰਹੇਗੀ। ਕੰਮਕਾਰ, ਬਿਜ਼ਨਸ, ਵਪਾਰ ਪਹਿਲਾਂ ਦੀ ਤਰ੍ਹਾਂ ਚੱਲੇਗਾ। ਦੁਕਾਨਦਾਰੀ ਦਾ ਕੰਮ ਕਰਨ ਵਾਲਿਆਂ ਦਾ ਮਨ ਆਪਣੇ ਕੰਮਕਾਰ ਵਿੱਚ ਲੱਗੇਗਾ ਅਤੇ ਪੜ੍ਹਨ ਵਾਲੇ ਬੱਚਿਆਂ ਨੂੰ ਚਾਹੀਦਾ ਹੈ ਕਿ ਅੱਜ ਕੇਸਰ ਮੱਥੇ 'ਤੇ ਜ਼ਰੂਰ ਲਗਾਉਣ ਅਤੇ ਪੀਲੇ ਰੰਗ ਦਾ ਰੁਮਾਲ ਆਪਣੇ ਕੋਲ ਰੱਖ। ਇਹ ਸੀ ਜੀ ਤੁਹਾਡੇ ਸਿਤਾਰੇ ਗ੍ਰਹਿਾਂ ਮੁਤਾਬਕ ਕੀ ਪ੍ਰਭਾਵ ਪਾਉਂਦੇ ਨੇ, ਗ੍ਰਹਿ ਗੋਚਰ ਨਕਸ਼ੱਤਰ 'ਤੇ ਆਪਾਂ ਚਰਚਾ ਕੀਤੀ ਅਤੇ ਇਸੇ ਤਰ੍ਹਾਂ ਹੀ ਵਾਸਤੂ ਵੀ
ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਬਹੁਤ ਹੀ ਸ਼ੁਭ ਘਰ ਵਿੱਚ ਐਨਰਜੀ ਦਿੰਦਾ ਤੇ ਘਰ ਦੀ ਐਨਰਜੀ ਵੀ ਸ਼ੁਭ ਲੈਣੀ ਹੀ ਚਾਹੀਦੀ ਹੈ ਤਾਂ ਉਸਦੇ ਲਈ ਤੁਹਾਨੂੰ ਘਰ ਦਾ ਵਾਸਤੂ ਸਹੀ ਕਰਨਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਉੱਤਰ ਵਾਲੀ ਸਾਈਡ ਤੁਹਾਡੇ ਘਰ ਦੀ ਉੱਤਰ ਵਾਲੀ ਸਾਈਡ ਅਗਰ ਨੀਵੀਂ ਹੋਵੇ ਤਾਂ ਸਮਝੋ ਕਲੈਰਿਟੀ ਤੇ ਸਟੇਬਿਲਿਟੀ ਅੱਛੀ ਬਣਦੀ ਰਹਿੰਦੀ ਹੈ ਤੇ ਤੁਹਾਨੂੰ ਸਮੇਂ-ਸਮੇਂ ਤੇ ਚੰਗੇ ਰਸਤੇ ਆਪਣਾ ਨਾਮ ਵਧਾਉਣ ਲਈ ਤੇ ਬੱਚਿਆਂ ਦੀ ਸੈਟਿੰਗ ਲਈ ਮਿਲਦੇ ਰਹਿੰਦੇ ਹਨ। ਉੱਤਰ ਵਾਲੀ ਸਾਈਡ ਅਗਰ ਨੀਵੀਂ ਰੱਖੀ ਜਾਵੇ ਤਾਂ ਹਮੇਸ਼ਾ ਸ਼ੁਭ ਫਲ ਦਿੰਦੀ ਹੈ। ਇਹ ਸੀ ਜੀ ਵਾਸਤੂ ਟਿਪ। ਸਮਾਂ ਇਜਾਜ਼ਤ ਦਾ, ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ। ਖੁਸ਼ ਰਹੋ, ਮੁਸਕਰਾਉਂਦੇ ਰਹੋ, ਮਿਲਦੋ ਇਜਾਜ਼ਤ। ਸਤਿ ਸ਼੍ਰੀ ਅਕਾਲ।